ਕੀ ਨਾਮ ਹੈ? ਕੀ ਨਾਮ ਹੈ? ਜਗਵੀਰ ਸਿੰਘ ਜੀ। ਕਿੱਥੇ ਰਹਿਣ ਵਾਲੇ ਹੋ? ਰਮਦਾਸਿਆ ਮੁਹੱਲਾ ਕਿਲਾ ਰਮਤਗੜ੍ਹ। ਕੀ ਗੱਲ ਹੋ ਗਈ ਤੁਹਾਡੇ ਨਾਲ? ਤੇ ਬਹੁਤ ਟਾਈਮ ਦੇ ਚੱਲੀ ਜਾਂਦੀਆਂ ਨੇ ਕੁੱਟਮਾਰਾਂ। ਅੱਜ ਮੇਰੀ ਪਹਿਲਾਂ ਮੇਰੀ ਮੰਮੀ ਕੁੱਟੀ ਆ, ਹੁਣ ਮੈਨੂੰ ਕੁੱਟਿਆ, ਮੈਂ ਬਹੁਤ ਜ਼ਿਆਦਾ ਕੁੱਟਿਆ ਮੈਨੂੰ। ਮੇਰਾ ਸਾਲਾ ਸਾਰਾ ਸੱਸ ਇੱਕ ਹੋਰ ਤੀ ਨਾਲ ਮੇਰੀ ਘਰ ਵਾਲੀ, ਮੇਰਾ ਟੂਕੜਾ ਸਿਰ ਮੇਰਾ ਅੱਜ ਵੀ ਖੋਲ ਤਾ ਖੂਨ ਦੀ ਅੱਧ ਤਾਰੀਆਂ। ਕਿੰਨੇ ਜਾਣੇ ਸੀਗੇ ਉਹ? ਸਹੁਰਾ ਸੀ, ਘਰ ਵਾਲੀ, ਸੱਸ, ਸਾਲਾ, ਇੱਕ ਹੋਰ ਬੁਲਾਇਆ ਸੀ ਮੁੰਡਾ, ਦੋ ਮੁੰਡੇ ਸਾਈਡ ਤੇ ਖੜੇ ਸੀ ਕਿਤੇ। ਬਸ ਮੈਨੂੰ ਥੱਲੇ ਸਿੱਟ ਕੇ ਕੋਈ ਕਿੱਥੇ ਤੇਜ਼ ਹਥਿਆਰ ਮਾਰਨ ਲੱਗੇ ਟੂਕੜੇ ਦੇ ਮੇਰਾ ਬੂਹ ਤੇ। ਇਹਨੇ ਤਾਂ ਪਲੈਨਿੰਗ ਇਹੀ ਹੈ ਵੀ ਇਹਨੂੰ ਖਤਮ ਕਰ ਦਈਏ, ਇਕੱਲਾ ਕਹਿ ਰਿਹਾ ਜੀ ਮੈਂ। ਇੱਕ ਭਾਈ ਸੀ ਉਹ ਐਕਸਪਾਇਰ ਹੋ ਗਿਆ, ਦੋ ਭੈਣਾਂ ਨੇ ਵਿਆਹੀਆਂ ਨੇ ਆਪਦੇ ਆਪਦੇ ਘਰੇ ਨੇ। ਮੇਰੇ ਮਾਂ ਪਿਓ ਨੂੰ ਕਹਿੰਦੀ ਆਰਾਮ ਦੇ ਕੰਜਰ ਮਰਦੇ ਕਿਉਂ ਨੀ ਹੈਗੇ, ਮੈਨੂੰ ਕਿਉਂ ਦਿਖਦੇ ਰਹੇ? ਕਿੰਨਾ ਟਾਈਮ ਹੋ ਗਿਆ ਵਿਆਹ ਨੂੰ? ਸ਼ਾਦੀ ਮੇਰੀ ਸ਼ਾਦੀ ਨੂੰ ਹੋ ਗਏ। ਮੈਰਿਜ ਹੋਈ ਕਿੰਨਾ ਟਾਈਮ ਹੋ ਗਿਆ? 2012 ਚ ਹੋਈ ਸੀ ਜੀ, 12 ਬੱਚੇ ਦੋ ਨੇ ਜੀ। ਬੱਚੇ ਤਾਂ ਹੁਣ ਉਹਦੇ ਕੋਲ ਨੇ ਜੀ, ਉਹਨਾਂ ਨੂੰ ਵੀ ਟਾਰਚਰ ਕਰਦੀ ਹੈ, ਉਹਦੇ ਬੀਬੀ ਕੋਲ ਨੀ ਜਾਣਾ, ਪਾਪੇ ਕੋਲ ਨੀ ਜਾਣਾ, ਮੇਰੇ ਕੋਲ। ਬੱਚੇ ਮੈਨੂੰ ਬਾਅਦ ਚ ਬਾਹਰ ਲੈ ਕੇ ਨਾ ਦੱਸਦੇ ਮੰਮੀ ਰੋਕਦੀ ਹੈ ਸਾਨੂੰ, ਪਿੰਡ ਬੀਬੀ ਕੋਲ ਨੀ ਬੈਠਣਾ, ਪਾਪੇ ਕੋਲ ਨੀ ਬੈਠਣਾ। ਹਰਜਿੰਦਰ ਅਮਨਪ੍ਰੀਤ ਹੁਸ਼ਿਆਰ ਨਗਰ ਚ ਇੱਧਰ ਟਰੱਕ ਜੀ ਨੀ ਉੱਚੇ ਨਸ਼ਹਿਰੇ ਲੋਕਲ ਨੇ। ਹਾਂਜੀ ਸਾਰੇ ਕੁੱਟੇ ਭੱਜਿਆ ਆਇਆ ਸੀ ਸਵੇਰੇ ਮੌਕੇ, ਹੱਥ ਦੇ ਕਿਆ ਹਾਲਤ ਹੋਈ ਪਈ ਦੀ, ਬਹੁਤ ਜ਼ਿਆਦਾ ਨੇ ਸਾਰੇ ਸੱਟਾਂ ਨੇ ਭਰਿਆ ਪਿਆ, ਧੂਹੀ ਪੇਠੇ ਪੇਟ ਸਾਰਾ ਸਿਰ ਪਾੜਿਆ, ਵੱਖਾ ਅੱਖਾਂ ਹੁਣ ਲੈ ਕੇ ਜਾਣਾ ਸੀ ਬਾਹਰ ਕੱਢ ਦਿੰਦੇ ਇੱਥੇ ਹੌਸਪੀਟਲ ਚੋਂ, ਸਾਡੀ ਕੋਈ ਸੁਣਵਾਈ ਨੀ। ਸਾਡੀ ਬਸ ਗਾਲਾਂ ਦਿੰਦੀ ਆ, ਮੇਰੀ ਮਾਰ ਕਟਾਈ ਕੀਤੀ 2-4 ਸਾਲ ਵੱਗੋਂ, 6 ਮਹੀਨੇ ਪਹਿਲਾਂ 1.5 ਸਾਲ ਬੈਠੀ ਰਹੀ ਆ। ਹੁਣ ਮੇਰੇ ਪੁੱਤ ਦਾ ਕੀ ਹਾਲ ਮਾਰਦੀ ਸੀ, ਦੱਬੀ ਬੈਠੇ 4-5 ਜਣੇ ਜੇ ਦੇਖਿਆ ਸਾਨੂੰ ਵੜਨ ਨਹੀਂ ਦਿੱਤਾ ਅੰਦਰ, ਮੈਂ ਮੱਲਾ ਇਕੱਠਾ ਕਰ ਲਿਆ, ਮੇਰੇ ਪੁੱਤ ਦੀ ਤਾਂ ਜਾਨ ਬਚਾਈ, ਮੇਰੇ ਪੁੱਤ ਦੀ ਤਾਂ ਮੈਂ ਜਾਨ ਬਚਾਈ। ਅਸੀਂ ਰਾਤਾਂ ਬਾਹਰ ਵੇਰ ਵੇਰ ਕਰਦੇ ਉੱਧਰ ਲੈ ਕੇ, ਸਾਨੂੰ ਤਾਂ ਪਾਇਆ, ਅਸੀਂ ਤਾਂ ਜਿੰਦੇ ਲਾਏ ਪਏ ਨੇ ਗੇਟਾਂ ਨੂੰ, ਅਸੀਂ ਸੋਹ ਨਹੀਂ ਵੜਨ ਦਿੱਤਾ ਸਾਨੂੰ ਜੀ, ਸੜਦਾ ਜੀ ਅੱਖਾਂ ਦਾ ਤਾਰਾ। ਜਨੈਨ ਕੋਰਾ ਜੀ ਮੇਰਾ, ਮੇਰਾ ਪੁੱਤਾ ਮਾਰਨਾ ਦੀ ਰਾਤ ਨੀ ਬਣ ਦਿੱਤਾ ਅੰਦਰ, ਵੀ ਮੁੰਡੇ ਹਟਾ ਦੀਏ ਸੀ, ਮੈਂ ਤਾਂ 11 ਵਜੇ ਵੀ ਬੇੜਾ ਇਕੱਠਾ ਮੱਲਾ ਇਕੱਠਾ ਚੰਗਾ ਮੇਰਾ ਮੱਲਾ ਲੈ ਕੇ ਇਹਨੂੰ ਚੱਕ ਕੇ, ਮੇਰਾ ਪੁੱਤ ਰਾਤ ਨੂੰ ਕਹਿੰਦੀ ਕੀ ਹਾਲ ਹੁੰਦਾ ਮੇਰੇ ਪੁੱਤ ਦਾ। ਦਿਆਲ ਰਾਮ ਜੀ ਬੇਟਾ ਜੀ ਮੇਰਾ, ਬਸ ਉਹ ਹੀ ਮਾੜਾ ਮੋਟਾ ਪੈਂਟ ਪੂਣ ਮਿਸੀ ਰੌਲਾ ਪਾ ਲਿਆ, ਬਸ ਇਹਦਾ ਬੈਡ ਉੱਧਰ ਲਾਤਾ,
ਕੁੜੀ ਦਾ ਨਾਂ ਕੁੜੀ ਨਾਲ ਪਾ ਲਈ ਅਤੇ ਬੇਟਾ ਆਪਦਾ ਨਾਲ ਪਾ ਲਿਆ, ਆਪ ਪੈ ਗਈ। ਇਹਨੂੰ ਕਹਿੰਦੇ ਉੱਧਰ ਜਾ ਉੱਧਰ ਜਾ, ਬਸ ਇੰਨੇ 'ਚ ਪੇਕਿਆਂ ਨੂੰ ਫੋਨ ਮਾਰਤਾ, ਉਹ ਆ ਗਏ, ਉਹ ਧੜਾ ਧੜ ਕੁੱਟਣ ਲੱਗ ਗਏ ਜੀ ਇਹਨੂੰ ਇਕੱਲੇ ਤੇ, ਉਹ ਚਾਰ ਪੰਜ ਜਣੇ ਤੇ ਜੀ, ਇੱਕ ਤਾਂ ਸਹੁਰਾ, ਇੱਕ ਸੱਸ ਅਤੇ ਇੱਕ ਸਾਲਾ ਅਤੇ ਇੱਕ ਉਹ ਆਪ ਕਮਲਪ੍ਰੀਤ ਕੌਰ ਜਿਹੜੀ ਘਰ ਵਾਲੀ ਹੈ ਜੀ, ਇੱਕ ਅੱਧਾ ਮੁੰਡਾ ਹੋਰ ਸੀਗਾ ਦੋਸਤ ਦੋਸਤ ਹੈ। ਆਹ ਡੰਡੇ ਡੁੰਡੇ ਮਾਰੇ, ਕਹਿੰਦੇ ਕਿ ਰਾਫਲਾ ਬੱਟ ਮਾਰੇ, ਪਤਾ ਨਹੀਂ ਕੀ ਮਾਰਿਆ, ਰਾੜਾ ਰੂੜਾ ਮਾਰੀਆ, ਮਸਤੀ ਬਸੀ ਹੋਈ ਸੀ ਇਹਨਾਂ ਦੀ ਪਹਿਲਾਂ, ਤੁਸੀਂ ਲਾਉਣੇ ਜਾਣੇ ਇਹਦੇ ਕਦੇ, ਉੱਧਰ ਗੇਟ ਜਾਣ ਮਾੜੀ ਜਿਹੀ ਗੱਲ ਪਿੱਛੇ ਰੌਲਾ ਪੈ ਕੇ ਬਸ ਬੁਲਾ ਲਏ ਜੀ, ਤੜਾ ਤਾੜੇ ਪਰੇ ਪੈ ਵੀ ਗਏ ਇੱਕ ਦੂਸਰੇ ਕਮਰੇ 'ਚ ਜਾ ਕੇ, ਉੱਥੇ ਤੜਾ ਤੜ ਲਾ ਕੇ ਕੁੱਟਣ, ਸਾਨੂੰ ਤਾਂ ਜਦ ਪੈਂਦੇ ਤੇ ਫਿਰ ਅਸੀਂ ਪਿੱਛੇ ਉੱਤ ਕੇ ਆਏ, ਤਾਂ ਮੁਹੱਲੇ ਵਾਲੇ ਠਾਲੇ ਸਾਡੇ ਤੇ ਪੈਰਾਂ ਦੀ ਮਿੱਟੀ ਨਿਕਲ ਗਈ ਹੈ ਜੀ। ਅਤੇ 11 ਵਜੇ ਦੀ, 11 ਵਜੇ ਬੁਲਾ ਲਏ। ਮੈਂ ਡਾਕਟਰ ਧਰਮਿੰਦਰ ਸਿੰਘ, ਮੈਡੀਕਲ ਆਫਿਸਰ, ਸਿਵਲ ਹਸਪਤਾਲ ਮਲੇਰਕੋਟਲਾ ਪੋਸਟਡ ਹਾਂ ਜੀ। ਅਤੇ ਮਿਤੀ 8/11/24 ਨੂੰ ਮਰੀਜ਼ ਜਗਵੀਰ ਸਿੰਘ ਸਨ ਆਫ ਦਿਆਲ ਰਾਮ ਸਾਡੇ ਕੋਲ ਸੱਟਾ ਲੱਗਣ ਕਰਕੇ ਦਾਖਲ ਹੋਇਆ, ਜਿਹਦਾ ਅਸੀਂ ਮੌਕੇ 'ਤੇ ਬਣਦਾ ਇਲਾਜ ਕੀਤਾ, MLR ਰਿਪੋਰਟ ਤਿਆਰ ਕੀਤੀ ਗਈ ਅਤੇ ਪੁਲਿਸ ਇਨਫੋਰਮੇਸ਼ਨ ਭੇਜੀ ਗਈ। ਉਹਦੇ ਕੋਲ ਪਰਚੇ ਵਿੱਚ ਦਰਜ 6 ਸੱਟਾਂ ਨੇ ਜੀ, ਅਤੇ ਕੁਛ ਸੱਟਾਂ ਸਿਰ ਦੇ ਵਿੱਚ ਹੈਗੇ ਨੇ, ਬਾਕੀ ਉਹਦੇ ਬੁੱਲ 'ਤੇ ਸੱਟ ਹੈ ਅਤੇ ਬਾਕੀ ਸੱਜੇ ਮੋਢੇ ਦੇ ਹਿੱਸੇ ਵਾਲੇ ਪਾਸੇ ਸੱਟ ਹੈ ਜੀ। ਮੈਡੀਕਲ ਰਿਪੋਰਟ ਅਸੀਂ ਤਿਆਰ ਕੀਤੀ ਹੈ ਜੀ। ਜਗਵੀਰ ਸਿੰਘ ਦਾ ਵੀ ਮਾਮਲਾ ਆਇਆ, ਹਾਂਜੀ, ਇਹਨਾਂ ਦਾ ਇਹਨਾਂ ਦੀ ਵਾਈਫ ਨਾਲ ਝਗੜਾ ਹੈ ਅਤੇ ਇਹ 9 ਤਰੀਕ ਨੂੰ ਦਾਖਲ ਹੋਏ, 9/11 ਨੂੰ ਦਾਖਲ ਹੋਏ ਨੇ, 9/11 ਨੂੰ ਇਹਨਾਂ ਦਾ ਬਿਆਨ ਲਿਖ ਲਿਆ ਸੀ ਨੇ। ਕੀ ਨਾਮ ਜੀ? ਜਗਵੀਰ ਸਿੰਘ, ਸਨ ਆਫ ਦਿਆਲਾ ਰਾਮ, ਵਾਸੀ ਕਿਲਾ ਰਹਿਮਤਗੜ੍ਹ ਜੀ। ਹਾਂਜੀ, ਸੱਟਾਂ ਇਹ ਆਪਦੇ ਸਹੁਰੇ ਪਰਿਵਾਰ ਦੇ ਖਿਲਾਫ਼ ਰੱਖੇ ਹੁੰਦੇ ਨੇ। ਇਹਨਾਂ ਦਾ ਪਹਿਲਾਂ ਦੱਸਦੇ ਨੇ, ਵੈਸੇ ਮੈਂ ਇਸ ਮਸਲੇ ਦੇ ਵਿੱਚ ਨਹੀਂ ਹੈਗਾ, ਠੀਕ ਹੈ। ਇਹਨਾਂ ਨੇ ਹੁਣ ਸਾਡੇ ਤੋਂ 16 ਤਰੀਕ ਤੱਕ ਟਾਈਮ ਲਿਆ, 16 ਤਰੀਕ ਤੋਂ ਬਾਅਦ ਜੇ ਇਹਨਾਂ ਦਾ ਕੋਈ ਨਾ ਨਿਪਰੇ ਚੜ੍ਹੀ ਜਾਏ ਸੀ ਸੂਰਤ ਵੀ ਅਸੀਂ ਕਾਰਵਾਈ ਅਮਲ 'ਚ ਲਿਆ ਦਾਂਗੇ।